ਇਹ ਸੋਡੇ ਲੋਕਾਂ ਦਾ ਇੱਕ ਹੈ ਜੇ ਲੋਕਾਂ ਨੇ ਆਵਾਜ਼ ਉਠਾਈ ਤਾਂ ਉਹਨੂੰ ਉਹੀ ਪ੍ਰਸ਼ਾਸਨ ਕਦੇ ਕੋਈ ਆਉਂਦਾ ਕਦੇ ਕੋਈ ਆਉਂਦਾ ਮੈਨੂੰ ਲੱਗਦਾ ਇਹ ਪਿੰਡ ਜਿਨ੍ਹਾਂ ਨੇ ਦੇਖਿਆ ਨਹੀਂ ਹੋਣਾ ਕਦੇ ਜਾਂ ਸੁਣਿਆ ਨਹੀਂ ਹੋਣਾ ਉਹ ਬੰਦਾ ਵੀ ਇੱਥੇ ਆਊਗਾ ਜੇ ਸੋਡੇ 'ਚ ਤਾਕਤ ਲੜਨ ਦੀ ਜੇ ਇਨਸਾਨੀਅਤ ਦਾ ਮਾਦਾ ਰੱਖਦੇ ਹੋ ਜੇ ਅੰਦਰ ਕੋਈ ਤੜਫ ਹੈਗੀ ਵੀ ਹਾਂ ਯਾਰ ਇੱਕ ਗਰੀਬ ਦਾ ਬੱਚਾ ਕੁੱਟਿਆ ਗਿਆ ਇਹ ਅੱਜ ਉਹ ਕੁੱਟਿਆ ਗਿਆ ਕੱਲ ਨੂੰ ਕਿਸੇ ਨੂੰ ਹੋਰ ਕੁੱਟਿਆ ਜਾਣਾ ਸਵੇਰੇ ਦੇ ਮੈਨੂੰ 50 ਫੋਨ ਗਏ ਹੋਣੇ ਆ ਬਾਈ ਰਾਜੀਨਾਮਾ ਕਰਾ ਦਿੰਦੇ ਆ ਐਂ ਕਰਾ ਦਿੰਦੇ ਆ ਉਹ ਕਰਾ ਦਿੰਦੇ ਆ ਮੈਂ ਉਹਦਾ ਜਵਾਕ ਲਿਆਓ ਇੱਕ ਵਾਰੀ ਉਦੋਂ ਬਾਅਦ ਆਪਾਂ ਦੇਖ ਲਾਂਗੇ ਵੀ ਕਿੰਨਾ ਕੁ ਬੰਦੇ ਨੂੰ ਦਰਦ ਹੁੰਦਾ ਤਾਂ ਇਸ ਕਰਕੇ ਹੁਣ ਸਾਡੇ ਤੇ ਨਿਰਭਰ ਖੜਾ ਵੀ ਅਸੀਂ ਇਹ ਲੜਾਈ ਕਿੱਥੋਂ ਤੱਕ ਲੜਦੇ ਹਾਂ ਤੇ ਇਸ ਪਿੰਡ ਦੇ ਵਿੱਚੋਂ ਇੱਕ ਉਦਾਹਰਨ ਸੈੱਟ ਹੋਣੀ ਹੈ ਕਿ ਮੋਰਾਂ ਵਾਲੀ ਪਿੰਡ ਦੇ ਵਿੱਚ ਇੱਕ ਬੱਚਾ ਕੁੱਟਿਆ ਸੀ ਕਿਸੇ ਧਨਾੜ ਨੇ ਕਿਸੇ ਸਰਮਾਏਦਾਰ ਨੇ ਤੇ ਲੋਕਾਂ ਨੇ ਉਹ ਸਬਕ ਸਿਖਾਇਆ ਕਿ ਪੂਰੇ ਪੰਜਾਬ ਦੇ ਵਿੱਚ ਗਾਹਾਂ ਕਿਸੇ ਵੀ ਜਵਾਕ ਨੂੰ ਜਾਂ ਕਿਸੇ ਇਨਸਾਨ ਨੂੰ ਬੰਦਾ ਹੱਥ ਪਾਉਣ ਤੋਂ ਪਹਿਲਾਂ 100 ਵਾਰੀ ਸੋਚੂਗਾ ਹੁਣ ਇਹ ਪ੍ਰਸ਼ਾਸਨ ਦੇਖੋ ਮੈਂ FIR ਪੜ੍ਹੀ ਤੁਸੀਂ ਵੀ ਪੜ੍ਹੀ ਹੋਣੀ ਆ 323 ਦੀ ਕੰਪਲੇਂਟ 'ਚ ਪਰਚਾ ਦਰਜ ਕੀਤਾ SC ST ਐਕਟ ਲਾ ਕੇ ਉਹਨੂੰ ਜੇਲ੍ਹ ਭੇਜਤਾ ਜਾਣੇ ਪ੍ਰਸ਼ਾਸਨ ਦਾ ਪੂਰਾ ਜ਼ੋਰ ਲੱਗਿਆ ਵੀ ਕਿਵੇਂ ਨਾ ਕਿਵੇਂ ਬਚਾ ਲਿਆ ਜਾਵੇ ਜਦੋਂ ਕਿ ਆਹ ਵੀਰੇ ਬੰਦ ਕਰ ਲਿਆ ਜਦੋਂ ਕਿ ਆਪਾਂ ਨੂੰ ਇਹ ਦੇਖਣ ਤੋਂ ਹੀ ਲੱਗਦਾ ਜੇ ਕਿਸੇ SSP ਨੇ ਜਾਂ ਕਿਸੇ SHO ਨੇ ਉਹਦੀ ਵੀਡੀਓ ਦੇਖੀ ਉਹਦਾ ਇਹ ਦੇਖਣ ਤੋਂ ਲੱਗਦਾ ਮਾਰ ਦੇਣ ਦੀ ਨੀਤ ਨਾਲ ਡਾਂਗ ਨਾਲ ਮਾਰ ਰਿਹਾ ਤਾਂ ਯਾਰ ਮੈਨੂੰ ਲੱਗਦਾ ਵੀ ਕੋਈ ਬੰਦਾ ਜਿਹੜਾ ਵੀਡੀਓ ਦੇਖਦਾ ਬੰਦਾ ਪਹਿਲਾਂ ਕ੍ਰੋਧ ਦੇ ਵਿੱਚ ਆਉਂਦਾ ਗੁੱਸੇ 'ਚ ਆਉਂਦਾ ਵੀ ਇਹ ਬੰਦਾ ਬਖਸ਼ਿਆ ਨਹੀਂ ਜਾਣਾ ਚਾਹੀਦਾ ਇਹਦੇ ਨਾਲ ਇਹੀ ਹਾਲਾਤ ਕਰਨੇ ਚਾਹੀਦੇ ਆ ਤੇ ਮੈਨੂੰ ਤੁਹਾਡੇ ਪਿੰਡ ਵਾਲਾ ਤੁਹਾਡੇ 'ਤੇ ਵੀ ਇਸ ਗੱਲ ਦਾ ਗੁੱਸਾ ਹੈ ਉਹ ਬੰਦਾ ਯਾਰ ਤਿੰਨ ਹੇਲੇ ਕਰ ਗਿਆ ਯਾਰ ਪਹਿਲਾਂ ਰਣਜੀਤ ਆ ਕੋਈ ਤੁਹਾਡੇ ਪਿੰਡ ਦਾ ਹੈ ਇੱਥੇ ਬੈਠਾ ਆਇਆ ਨਹੀਂ ਅੱਜ ਉਹਨੂੰ ਕੁੱਟਿਆ ਕਿ ਨਹੀਂ ਕੁੱਟਿਆ ਇਸੇ ਬੰਦੇ ਨੇ ਫਿਰ ਜਮਾਦਾਰ ਕੁੱਟੇ ਆ ਹੁਣ ਆ ਤੀਜਾ ਜਵਾਕ ਨੂੰ ਕੁੱਟਿਆ ਹੁਣ ਤੁਸੀਂ ਇੱਥੇ ਕੁੱਟਿਆ ਹੀ ਗਰਾਊਂਡ ਆ ਇੱਥੇ ਕਿਤੇ ਕੁੱਟਿਆ ਹੋਣਾ ਆਲੇ ਦਾ ਘਰ ਵੀ ਆ ਜ਼ਿਆਦਾ ਘਰ ਜਮਾਂ ਹੀ ਨੇੜੇ ਆ ਆ ਸਾਹਮਣੇ ਵੀ ਘਰ ਹੈਗੇ ਆ ਕੋਈ ਬੰਦਾ ਛਡਾਉਣ ਤੱਕ ਨਹੀਂ ਆਇਆ ਯਾਰ ਕੋਲੇ ਖੜੇ ਵੀ ਆ ਬੰਦੇ ਟਰੈਕਟਰ ਜਿਹਦੇ ਕੋਲੇ ਵੀ ਖੜੇ ਆ ਆ ਕਣਕ ਉਹਦੀ ਆਹ ਆ ਕਣਕ ਆਹ ਅੱਛਾ ਇਹਦੇ ਚ ਗਿਆ ਹੋਣਾ ਜਵਾਕ ਆ ਗਰਾਊਂਡ ਚੋਂ ਕੋਈ ਨੁਕਸਾਨ ਵੀ ਕੋਈ ਨਹੀਂ ਹੋਇਆ ਆਹੀ 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 ਵੱਟ ਗਿਆ ਜੀ ਉਹ ਵਿੱਚ ਦਾ ਬੜੇ ਜੀ ਵੱਟ ਗਿਆ ਬੇਚਾਰਾ ਵੀ ਅਸੀਂ ਉਸ ਟਾਈਮ ਤੇ ਮੌਜੂਦਾ ਘਰੇ ਨਹੀਂ ਸੀ ਬਾਈ ਜੀ ਅਸੀਂ ਘਰੇ ਨਹੀਂ ਸੀ ਵੀਰ ਜੀ ਆ ਘਰ ਹਾਂ ਆਪਣੀ ਹੈ ਬਾਈ ਘਰ ਮੇਰਾ ਵੀਰ ਜੀ ਪਰ ਮੈਂ ਘਰੇ ਨਹੀਂ ਸੀ ਨਹੀਂ ਮੈਂ ਉੱਪਰ ਡਿੱਗ ਕੇ ਕਿਹੜਾ ਬੱਚੇ ਨੂੰ ਨਾ ਬਚਾ ਲੈਂਦੀ ਚੰਗੀ ਗੱਲ ਹੈ ਮਾਤਾ ਹੋਣਾ ਚਾਹੀਦਾ ਮੈਂ ਪ੍ਰੈਸ ਕਰਦੀ ਰਹੀ ਪ੍ਰੈਸ ਕਰਦੀ ਪ੍ਰੈਸ ਕਰਦੀ ਮੈਂ ਘਰੇ ਸੀ ਹੁਣ ਤੂੰ ਕਹਿੰਦੀ ਆ ਮੈਂ ਘਰੇ ਨਹੀਂ ਸੀ ਨਹੀਂ ਮੈਂ ਘਰੇ ਭਾਈ ਆਪਾਂ ਹਲੋ ਯਾ ਸੀ ਵੀ ਆਪਾਂ ਹੀ ਤੁਹਾਨੂੰ ਲਾਉਂਦੇ ਸਹੀ ਆਪਾਂ ਜੇ ਅਸੀਂ ਆਏ ਆ ਅਸੀਂ ਇੱਕ ਦਰਦ ਸਮਝ ਕੇ ਆਏ ਆ ਭਾਈ ਹਾਂ ਪੜ ਜਾ ਯਾਰ ਐ ਥੋੜਾ ਜਾ ਜਾ ਸਾਡੀ ਘਾਤ ਬਣ ਗਈ ਅੱਗੇ ਜੇ ਕੋਈ ਘਟਨਾ ਵਾਪਰਦੀ ਨਾ ਪਿੰਡ ਦੇ ਵਿੱਚ ਕੋਈ ਬਾਹਰੋਂ ਬੰਦੇ ਆ ਕੇ ਕਿਸੇ ਦੀ ਕੁੱਟਮਾਰ ਕਰਨ ਲੱਗ ਜਾਂਦੇ ਜਾਂ ਕੋਈ ਉਹੀ ਖੁਦਾ ਨਾ ਖਾਸਤਾ ਹੋ ਗਈ ਅੱਗ ਲੱਗ ਜਾਂਦੀ ਜਾਂ ਹੋਰ ਘਟਨਾ ਵਾਪਰ ਜਾਂਦੀ ਸਾਰਾ ਪਿੰਡ ਪਹੁੰਚ ਜਾਂਦਾ ਹੁਣ ਨਹੀਂ ਹੁਣ ਨਾ ਤਾਂ ਕਈ ਵਾਰੀ ਮੈਂ ਸੜਕਾਂ 'ਤੇ ਵੀ ਦੇਖਿਆ ਚਾਰ ਬੰਦੇ ਘੇਰ ਕੇ ਕਿਸੇ ਨੂੰ ਕੁੱਟੀ ਜਾਂਦੇ ਹੁੰਦੇ ਆ ਜਾਂ ਤਾਂ ਕੋਲੇ ਖੜ ਕੇ ਕੋਈ ਵੀਡੀਓ ਬਣਾਈ ਜਾਂਦਾ ਹੁੰਦਾ ਅਤੇ ਜਾਂ ਉਹਦੇ ਕੋਲ ਦੀ ਲੰਘੀ ਜਾਂਦਾ ਹੁੰਦਾ ਇੰਨੀ ਕੁ ਸਾਡੀ ਜ਼ਮੀਰ ਆ ਜਿਹੜੀ ਉਹ ਮਰ ਚੁੱਕੀ ਆ ਹਰ ਬੰਦਾ ਸੋਚਦਾ ਮੈਂ ਕੀ ਲੈਣਾ ਅੱਜ ਚਾਰ ਲਗਾੜੇ ਅੱਜ ਚਾਰ ਕੋਈ ਲੁੱਟਣ ਵਾਲੇ ਕਿਸੇ ਨੂੰ ਹੋਰ ਘੇਰੀ ਬੈਠਿਆ ਕੱਲ੍ਹ ਨੂੰ ਸਾਨੂੰ ਘੇਰ ਲੈਣਗੇ ਪਰ ਸਾਡੀ ਮੱਤ 'ਤੇ ਕੌਣ ਆਊਗਾ
ਚੱਲਦਾ ਬਾਈ ਇਹ सारा पिंड आए हो नगर खड़े हो मामा भैणा भी आईया ने आले दुआले पिंडां दे भी आए हो हुण आपां फैसला करना भी आपां इस लड़ाई नूं किहड़े तरीके नाल लड़ना असीं तुहाडे नाल खड़ांगे नाल नहीं अगे खड़ांगे जिथों तक भी जाना पिया पर ये ना हो इतने अज आ गए मेरे वर्गे बोल के चले गए मुड़ के तमाशा देख के घर बढ़ गए जाके ऐ ना हो जे प्रशासन नहीं जी पूरी कार्रवाई करता तो जे कल सड़क घेरना पैदा थाना घेरना पैदा एस एस पी दफ्तर घेरना पैदा जिथे भी जाना पैदा तैयार हो हंगारा ओवे नहीं देंगे ये ना हो असि 150 मील तो होना MLA इतो हल्का चलो मौजूदा इन्हों की सरकार है MLA अपने को आए हुए हाँ जानदा बी जान ਤੁਸੀਂ ਇਸ ਇਹ ਹੁਣ ਆਪਾਂ ਨੂੰ ਦੇਖੋ ਅੱਗੇ ਸਰਕਾਰ ਆਈ ਖੜੀ ਹੈ ਇੱਕ ਤਰ੍ਹਾਂ ਦੀ ਸਰਕਾਰ ਆਪਣੇ ਕੋਲੇ ਆ ਹੁਣ ਇਹ ਕੀ ਭਰੋਸਾ ਦਿੰਦੇ ਆ ਕੀ 307 ਦੀ ਕਾਰਵਾਈ ਹੋਊਗੀ ਕੀ ਉਹ ਜਿਹੜਾ ਮੁਆਵਜ਼ਾ ਬੱਚੇ ਨੂੰ ਮਿਲਣਾ ਚਾਹੀਦਾ ਉਹਦੇ ਪਰਿਵਾਰ ਨੂੰ ਮਿਲਣਾ ਚਾਹੀਦਾ ਮਿਲੂਗਾ ਕੀ ਉਹਦਾ ਇਲਾਜ ਜਿਹੜਾ ਹੋ ਰਿਹਾ ਸਰਕਾਰੀ ਹਸਪਤਾਲ 'ਚ ਹੁਣ ਬਾਂਹ ਟੁੱਟੀ ਦੱਸਦੇ ਆ ਇੱਕ ਬਾਂਹ ਟੁੱਟੀ ਹੈ ਜੀ ਫ੍ਰੈਕਚਰ ਹੋਇਆ ਘੱਟੋ ਘੱਟ ਚੰਗੇ ਹਸਪਤਾਲ 'ਚ ਜਿੱਥੇ ਕੋਈ ਪ੍ਰਾਈਵੇਟ ਹਸਪਤਾਲ 'ਚ ਇਲਾਜ ਹੋਊਗਾ ਕੀ ਉਹਦਾ ਇਹ ਖਰਚਾ सरकार चकूगी ये सारिया गल्लां दा जे सरकार बैठी आ भरोसा दिंदी आ इन्हां नूं समां दे दिओ एक दिन देने आ दो दिन देने आ चार दिन देने आ नहीं उदू बाद अगली लड़ाई लई तैयार रहो ते मैं तुहानूं फिर कह दिंदा जे बंदा कच्चा छड़ता तां इह चांबलणगे तां इत्थे नहीं इह होरां नूं भी आपां कन्न करने आ भी नहीं इन्ना सौखा नहीं भी किसे गरीब यार हैरानी दी गल्ल है मैनू मेरे कई मित्र फोन करते उन्होंने को बंद ने पहुँच की कल दी कहिंदे यार कोई गल नहीं टका करा दिने मैं यार तुहानू दर्द दुर्द है नहीं आ देख के वीडियो दर्द नहीं आता यार हाँ तुसी इत्थे बंदा बड़न क्यों दिता ककराले का बंदा पहली थोड़े पिंड आके लैंदा ये मता पकाओ अज जे पंचायत आई आ समुचा नगर आया के उस बंदे नूं इस पिंड दे पैली च नहीं बड़न देना ये पैली है की दिया भाई मालक कौन है दा कोई सरदार किथों दा बाहर रहिंदे आ ओनू भी बुला लो कह रहा करतूत कीती है बंदे ने आए सी की गए गए हैं जवाब दे के भाई गां जवाब दे के भाई पंचायत भाई हाजरा सारी है पंचायत ने तो जी परिवार का पता तक भी नहीं लिया पंचायत पूरी पंचायत एक बूटा छोटे पिंड का बूटा हां खड़ा बेचारा है ये ਨਾਲ ਗੱਲ ਹੁੰਦੀ ਹੈ ਬਸ ਇਹ ਨਹੀਂ ਕੀਤੀ ਆ ਭਜਨ ਠੋ ਅਸੀਂ ਆ ਕੇ ਦੋ ਦਿਨ ਬਾਅਦ ਆ ਕੇ ਕਾਰਵਾਈ ਕਰਵਾਈਏ ਅੱਜ ਆਲੇ ਦਾਲੇ ਪਿੰਡ ਦੇ ਆਏ ਕਿ ਇਸ ਪਿੰਡ ਦੇ ਜਾਦੇ ਨੇ ਲੋਕ ਆਲੇ ਦਾਲੇ ਪਿੰਡ ਦੇ ਵੀ ਹੈਗੇ ਨੇ ਆਲੇ ਦਾਲੇ ਸੋ ਲਓ ਜੀ ਹੁਣ MLA ਸਾਹਿਬ ਮੈਂ ਤੁਹਾਨੂੰ ਗੁਜ਼ਾਰਸ ਕਰਦਾ ਤੁਸੀਂ ਵੀ ਲੋਕਾਂ ਨੂੰ ਸੰਬੋਧਨ ਹੋ ਤੇ ਜਿਹੜੀਆਂ ਸਾਡੀਆਂ ਤਿੰਨ ਮੰਗਾਂ ਨੇ ਪਹਿਲੀ ਇਹ ਵੀ 307 ਲੱਗਣੀ ਚਾਹੀਦੀ ਹੈ ਜਾਂ 308 ਨਹੀਂ 7 ਲਾ ਦੀ ਤਾਂ 8 ਲਾਓ ਸੱਤਾਂ ਦੇ ਉਸ ਹਾਂ ਨਾ ਸਿਰ 'ਚ ਵੀ ਨੇ ਮੁੰਡੇ ਦੇ ਮਾਵਜਾ ਨੂੰ ਜਿਹੜਾ ਮਿਲਣਾ ਚਾਹੀਦਾ ਇਹਦਾ ਭਰੋਸਾ ਦੇ ਕੇ ਜਾਓ ਅਸੀਂ ਤੁਹਾਡੇ ਕੋਲੋਂ ਗੱਲ ਕਰਨੀ ਆ ਇੱਥੇ ਤੁਸੀਂ ਇਹ ਨਾ ਸਾਨੂੰ ਕਦੇ ਲਾਰਾ ਲਾ ਕੇ ਤੁਰ ਜਾਉਂਦੇ ਅਸੀਂ ਤੁਹਾਡੇ ਮਗਰ ਉਸ ਹਲਕੇ 'ਚ ਫਿਰਦੇ ਰਹੋ ਤੁਸੀਂ ਕਹਿੰਦੇ ਵੀ ਮੇਰਾ ਤਾਂ ਹਲਕਾ ਨਹੀਂ ਇੰਨੀ ਕੁ ਸਾਡੇ ਅੱਗੇ ਬੇਨਤੀ ਆ ਵੀ ਜਿਹੜੀਆਂ ਗੱਲਾਂ ਸਾਡੇ ਨਾਲ ਕਰਕੇ ਜਾਓਗੇ ਉਹ ਪਾਏਬੰਦ ਹੋਣ ਕਿਉਂਕਿ ਆਪਾਂ ਪਹਿਲਾਂ ਵੀ ਇੱਕ ਦੂਜੇ ਨੂੰ ਜਾਣਦੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਵੀ ਤੁਹਾਡਾ ਭਰੋਸਾ ਸਾਡਾ ਯਕੀਨ ਦੇ ਕਾਬਲ ਹੋਵੇ ਲਾਇਕ ਹੋਵੇ ਅਤੇ ਅਸੀਂ ਯਕੀਨ ਦੇ ਆਧਾਰ 'ਤੇ ਆ ਜਾਈਏ ਤਾਂ ਪਰ ਮੈਂ ਤੁਹਾਨੂੰ ਫਿਰ ਕਹਿਣਾ ਬਾਈ ਲੜਾਈ ਲਈ ਤਿਆਰ ਰਹੋ ਹਾਂ ਇਹ ਫਿਰ ਕੰਮ ਆਪਾਂ ਨੂੰ 5 ਦਿਨ ਵੀ 10 ਦਿਨ ਵੀ ਮਹੀਨਾ ਵੀ ਛੱਡਣਾ ਪੈ ਸਕਦਾ
ਟਰਾਲੀਆਂ ਭਰ ਕੇ ਗੱਡੀਆਂ ਭਰ ਕੇ ਟਰੈਕਟਰ ਲੈ ਕੇ ਜਿੱਥੇ ਵੀ ਜਾਣਾ ਪੈਣਾ ਉੱਥੇ ਜਾਣਾ ਪੈ ਸਕਦਾ। ਸੋ ਇਹ ਸਹਿਮਤ ਆ ਕਿ ਕੋਈ ਹੋਰ ਵੀ ਆਪਣੀ ਮੰਗ ਹੈਗੀ ਆ ਬਾਈ? ਸਹਿਮਤ ਹੋਵੋ ਯਾਰ, ਵਿਸ਼ਵਾਸ ਦਿਵਾਓ, ਚਲੋ ਸਾਰੇ ਵਿਸ਼ਵਾਸ ਦਿਵਾਓ। ਇੱਕ ਕੋਈ ਹੋਰ ਜੇ ਤੁਹਾਡਾ ਕੋਈ ਸੁਝਾਅ ਹੈਗਾ ਦੱਸ ਦਿਓ, ਮੈਂ ਇੱਕ ਇਹ ਗੱਲ ਕਹਿਣਾ ਚਾਹੁੰਦਾ। ਹਾਂਜੀ ਬਾਈ, ਉਹ ਹਾਂ ਜਿਹੜੇ ਕੋਲੇ ਖੜੇ ਆ, ਹਾਂ ਉਹ ਵੈਸੇ ਬੂਟਾ ਮੈਨੂੰ ਦੱਸਦਾ ਸੀ ਕਹਿੰਦਾ ਨਾਂ ਲਿਖਾਤੇ ਆ, ਪਰ ਐਸ ਐਚ ਓ ਤੇ ਆਨਾ ਕਾਨ ਨਹੀਂ ਕਰਦਾ, ਨਾਂ ਲਿਖਣ ਤੋਂ ਵੀ ਮੈਨੂੰ ਲਿਖੇ ਨੀ ਹੋਣੇ ਹਲੇ। ਅੱਛਾ ਸਰ ਇੱਕ ਮਿੰਟ ਮੈਂ ਦੱਸਦਾ, ਉਹ ਬੰਦੇ ਕੱਲੇ ਕੋਲ ਹੀ ਨੀ ਖੜੇ, ਉਹਨਾਂ ਨੇ ਬਾਹਾਂ ਵੀ ਫੜੀਆਂ। ਇੱਥੇ ਮੁੰਡਾ ਹੈਗਾ ਜਿਹੜਾ ਮੌਕੇ ਤੇ ਜਿਹੜਾ ਕੋਲ ਖੜਾ ਦੇਖ ਰਿਹਾ ਸੀ, ਉਹਦਾ ਸਕਾ ਭਰਾ ਸੀ, ਇੱਥੇ ਬੁਲਾ ਕੇ ਉਹਨੂੰ ਪੁੱਛ ਲਓ, ਉਹਨਾਂ ਨੇ ਬਾਹਾਂ ਫੜੀਆਂ ਨੇ? ਨਹੀਂ ਨਹੀਂ ਬਾਹਾਂ ਫੜੀਆਂ ਨੇ ਉਹਨਾਂ ਨੇ ਬਰਾਬਰ ਦੇ ਦੋਸ਼ੀ। ਆ ਜਾਓ ਬਾਈ ਜੀ, ਬਹੁਤ ਹੀ